श्री हरिमंदर साहब अमृतसर जदों बेअदबी हुई उस तो बाद समूह पंजाबियों के हिरदे बलूंदरे गए ने, पर अजे तक उस मुलजम की पहचान नहीं हुई जिन्हें बेअदबी की सी। भावें वह इस दुनिया से नहीं, पर किसी नूं तां पता होएगा कि वह कौन आ ते कित्थों दा जाया। जो काम पुलिस का हुंदा है वो काम किया आलमजीत सिंह मान ने, जो समाज सेवी ने, इन्होंने ऐलान किया कि जिहड़ा उस दोषी की पहचान दसेगा उसनू वो 1,00,000 रुपए देंगे। इन्हां नाल गल करदे आ कि इन्हां दे मन च ये किवें ख्याल आया। मान साहब, जिहड़ा 1,00,000 रुपए का नाम तुसीं कहिंदे हो मैं देवांगा, किवें तुहाडे मन च ख्याल आया कि ये काम करिए? सत श्री अकाल जी। पहला तां तुहाडे सारे दर्शकों नूं मेरे वल्लों प्यार भरी सत श्री अकाल। पर मैनूं दुख इस गल दा लग रहा जी, दरबार साहब दे विच ये जिहड़ी इन्नी माड़ी दुर्घटना वापरी आ, किसी ने भी जत्थेबंदी ने किड्डे तो किड्डियां जत्थेबंदियां बैठियां ने, जदों माड़ा जिहा भी कोई। पंजाब सरकार ने लगातार मुश्किलों का सामना कर रहे गन्ना किसानों की भी बांह फड़ी है। पहला सरकार दे वल्लों गन्ने दीयां कीमतां नूं 310 तो 360 रुपए प्रति क्विंटल किया गया, वधाईयां गईयां कीमतां दे बाद जदों प्राइवेट मिलां ने यह वाधा देण तो हथ खड़े कर दिते तां एसएपी ते वधाए गए 50 रुपए विच्चों 35 रुपए सरकार ने खुद देण दी प्रवानगी दित्ती है। ਇੱਥੇ ਨਹੀਂ, ਇਹ ਰਕਮ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਦਾ ਕੀਤੀ ਜਾ ਰਹੀ ਹੈ। ਗੰਨਾ ਕਾਸ਼ਤਕਾਰ, ਸਰਕਾਰ ਨੇ 50 ਰੁਪਏ ਰੇਟ ਵਧਾਇਆ ਸੀ, ਮਿੱਲ ਵਾਲੇ ਕਹਿੰਦੇ ਜੀ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ। ਕਿਸਾਨ ਯੂਨੀਅਨ ਆਈਆਂ ਮੇਰੇ ਪਾਸੇ ਜੀ, ਗੰਨੇ ਦੇ ਮਿੱਲ ਚਾਲੂ ਕਰੋ, ਹੋ ਨਹੀਂ ਰਹੇ। ਅਸੀਂ 50 ਰੁਪਏ ਜੋ 35 ਰੁਪਏ ਸਰਕਾਰ ਨੇ ਚੱਕ ਲਿਆ ਕਿ 35 ਰੁਪਏ ਸਰਕਾਰ ਦੇਵੇਗੀ, ਆ ਨਾਲ ਨੋਟਿਸ ਲੱਗਿਆ ਵੈ ਗੰਨਾ ਮਿੱਲ ਚਾਲੂ ਹੋ ਰਹੇ, ਕਿਤੇ ਕੋਈ ਦਿੱਕਤ ਨਹੀਂ। ਮੈਂ ਉਹ ਨਹੀਂ ਕਰਿਆ ਕਿ ਪਹਿਲਾਂ ਹੜਤਾਲ ਆ ਦੇਖਾਂ ਵੀ ਹੁੰਦੀਆਂ ਕਿ ਨਹੀਂ, ਕਿਸਾਨ ਆਏ ਉਹਨਾਂ ਦਾ ਨਾਲ ਦੀ ਨਾਲ ਪਾਸ। ਗੰਨਾ ਉਤਪਾਦਕ ਕਿਸਾਨਾਂ ਤੋਂ ਲੈ ਕੇ ਸ਼ੂਗਰ ਮਿੱਲਾਂ ਤੱਕ ਲਈ ਪੰਜਾਬ ਸਰਕਾਰ ਲਗਾਤਾਰ ਬਿਹਤਰ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਲੱਚਰ ਗੀਤ ਆਉਂਦਾ, ਹੋਰ ਆਉਂਦਾ, ਉਹਦੇ 'ਤੇ ਤਾਂ ਬਥੇਰੇ ਚੱਕ ਕੇ ਕੰਟੈਂਪਟਾਂ ਪਾਉਂਦੇ ਨੇ, ਜੇ ਕਰਦੇ ਆ ਉਹ ਕਰਦੇ, ਪਰ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਇਹਨਾਂ ਲੋਕਾਂ ਨੂੰ। ਮੈਂ ਪਿਛਲੇ 32 ਸਾਲਾਂ ਦੇ ਵਿੱਚ ਜੋ ਵੀ ਕਰ ਰਿਹਾ ਮੈਂ ਆਪਣੇ ਬਲਬੁੱਤੇ 'ਤੇ ਕਰਦਾ, ਔਰ ਜੋ ਵੀ ਕਰਦਾ ਮੈਂ ਗਲਤ ਨਾ ਕਰਦਾ। ਇਹ ਦੇਖੋ ਹੁਣ ਕਿਸੇ ਨੂੰ ਇਹ ਸ਼ਰਮ ਨਹੀਂ ਆਉਂਦੀ ਹੈ। ਜਦੋਂ 1978 ਤੋਂ ਲੈ ਕੇ 1992 ਤੱਕ ਮੈਂ ਉਹ ਸਾਰਾ ਰਾਜ ਦੇਖਿਆ, ਜਦੋਂ ਮਾੜਾ ਜਿਹਾ ਕਿਸੇ ਦੇ ਘਰ ਕੋਈ ਬੰਦਾ ਖਾੜਕੂ ਜਾ ਕੇ ਰੋਟੀ ਖਾ ਲੈਂਦਾ ਜਾਂ ਹੋਰ ਖਾ ਲੈਂਦਾ ਜੀ, ਉਹਦੇ ਪੋਤੜੇ ਫੋਲ ਦਿੰਦੇ ਸੀ ਸਾਰੇ, ਉਹਦੇ ਘਰਦਿਆਂ ਨੂੰ ਚੱਕ ਲਿਆਉਂਦੇ ਸੀ ਜਾ ਕੇ। ਇਹਦੀ ਹੁਣ ਦੇਖੋ ਫੋਟੋ ਵਾਇਰਲ ਹੋ ਗਈ, ਸਾਰਾ ਕੁਝ ਹੋ ਗਿਆ ਹੈ ਕਿ ਇਹ ਜਿਹੜੀਆਂ ਏਜੰਸੀਆਂ ਨੇ, ਸਰਕਾਰਾਂ ਨੇ, ਉਹਨਾਂ ਨੇ ਇਹਨੂੰ ਲੱਭਣਾ ਕੋਈ ਬਹੁਤ ਔਖੀ ਗੱਲ ਆ। ਅੱਜ ਮੈਂ ਤੁਹਾਡੇ ਚੈਨਲ ਦੇ ਥਰੂ ਕਹਿ ਰਿਹਾ, ਮੈਨੂੰ ਇੰਨਾ ਦੁੱਖ ਲੱਗ ਰਿਹਾ, ਮੇਰੀਆਂ ਉਦਣ ਦੀਆਂ ਆਂਦਰਾਂ ਬਰੂੰਦੀਆਂ ਪਈਆਂ ਨੇ। ਮੈਂ ਜਿਹੜਾ ਵੀ ਇਸ ਬੰਦੇ ਬਾਰੇ, ਇਹ ਜ਼ਾਲਮ ਬਾਰੇ, ਇਹਨਾਂ ਦੇ ਕਿਸੇ ਪਰਿਵਾਰ ਬਾਰੇ ਦੱਸੇਗਾ ਅਤੇ ਜਾਂ ਇਹਦੀ ਕੋਈ ਮੈਨੂੰ ਪਹਿਚਾਣ ਦੱਸੇਗਾ, ਉਹਨੂੰ ਮੈਂ 1,00,000 ਰੁਪਏ ਦਾ ਨਗਦ ਇਨਾਮ ਜਦੋਂ ਮੈਨੂੰ ਉਹ ਦੱਸੇਗਾ, ਜਿਹੜਾ ਪਹਿਲਾਂ ਮੈਨੂੰ ਭੇਜੇਗਾ, ਮੈਂ 15 ਮਿੰਟ ਦੇ ਵਿੱਚ ਵਿੱਚ ਉਹਦੇ ਅਕਾਊਂਟ ਦੇ ਵਿੱਚ ਪਾ ਦਾਂਗਾ। ਪਰ ਤੁਸੀਂ ਆਪਣਾ ਕੋਈ ਨੰਬਰ ਵੀ ਦੱਸੋ ਜਿੱਥੇ ਤੁਹਾਨੂੰ ਅਗਲਾ ਦੱਸੇ ਕਿ ਫਲਾਣਾ ਬੰਦਾ ਕੌਣ ਸੀ, ਤਾਂ ਪਤਾ ਲੱਗੇਗਾ ਨਾ। ਹਾਂਜੀ ਹਾਂ, ਮੈਂ ਨੰਬਰ ਦੱਸ ਰਿਹਾ, ਉਹੀ ਤੁਹਾਡੇ ਨੰਬਰ ਹੀ ਦੱਸਣ ਲੱਗਿਆ ਸੀ ਮੈਂ। ਮੇਰਾ ਨੰਬਰ ਆ ਜੀ 84279 54279 53163। ਇਹਦੇ 'ਤੇ ਮੇਰਾ ਫੋਨ ਵੀ ਚੱਲਦਾ, ਮੇਰਾ ਵਟਸਐਪ ਨੰਬਰ ਵੀ ਚੱਲਦਾ, ਇਸ ਤੋਂ ਬਾਅਦ ਮੇਰੀ ਈਮੇਲ ਵੀ ਹੈਗੀ ਆ। ਪਰ ਇੱਕ ਸੁਰੱਖਿਆ ਏਜੰਸੀਆਂ ਦੇ ਸਵਾਲ ਖੜੇ ਹੋਏ, ਕਹਿੰਦੇ ਜਦੋਂ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ 'ਤੇ ਘਟਨਾ ਹੋਈ ਆ, ਭਾਵੇਂ ਕਿ ਆਪਣਾ ਹੱਕ ਮੰਗਣ ਲੋਕ ਗਏ ਸੀ, ਉਹਨਾਂ ਨੂੰ ਤਾਂ ਪਛਾਣ ਕੇ ਜਦ ਹੀ ਗ੍ਰਿਫਤਾਰ ਕਰ ਲਿਆ, ਪਰ ਇਸ ਮਾਮਲੇ ਦੇ ਵਿੱਚ ਨਾ ਸੈਂਟਰਲ ਏਜੰਸੀ ਕੁਝ ਕਰ ਰਹੀ ਆ, ਨਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਮੈਂ ਦੱਸ ਰਿਹਾ ਜੀ, ਕੁੱਤੀ ਚੋਰਾਂ ਵਾਲੀ ਹੋਈ ਆ, 2022 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਠੀਕ ਹੈ ਨਾ ਮੇਰੀ ਗੱਲ। ਇਸ ਤੋਂ ਪਹਿਲਾਂ ਤੁਸੀਂ ਦੇਖੋ ਸਰਕਾਰਾਂ ਨੇ ਕਿੱਡੇ ਕਿੱਡੇ ਹੱਥ ਕੰਡੇ ਵਰਤਣੇ ਨੇ, ਸਮਝ ਗਏ ਨਾ। ਇਸ ਤੋਂ ਪਹਿਲਾਂ ਤੁਸੀਂ ਦੇਖੋ ਜਿਹੜੇ ਪੋਲੀਟੀਸ਼ੀਅਨ ਨੇ, ਉਹਨਾਂ ਨੇ ਆਪਣੇ ਦਲ ਬਦਲੂ ਕਿੱਦਾਂ ਕਰਨੇ ਨੇ, ਇੱਕ ਦੂਜੇ ਦੀਆਂ ਪਾਰਟੀਆਂ ਛੱਡ ਛੱਡ ਕਿੱਦਾਂ ਭੱਜਣਾ ਵਾ। ਹਮੇਸ਼ਾ ਪਾਰਟੀਆਂ ਵਾਲੇ ਬੰਦੇ ਛੱਡਦੇ ਨੇ, ਉਹ ਕਿਹੜੇ ਬੰਦੇ ਛੱਡ ਰਹੇ ਨੇ, ਜਿਹੜੇ ਚੋਰ ਨੇ, ਠੀਕ ਹੈ ਨਾ, ਕਿ ਉਹਨਾਂ ਨੇ ਨਜਾਇਜ਼ ਪ੍ਰੋਪਰਟੀਆਂ ਬਣਾ ਰੱਖੀਆਂ, ਨਜਾਇਜ਼ ਪਤਾ ਨਹੀਂ ਕਿੰਨੇ ਕਿੰਨੇ ਕਾਲੇ ਧਨ ਇਕੱਠੇ ਕੀਤੇ ਨੇ, ਉੱਪਰੋਂ ਈਡੀ ਦੀਆਂ ਰੇਡਾਂ, ਕਦੇ ਸੀਬੀਆਈ ਦੀਆਂ ਰੇਡਾਂ, ਕਦੇ ਹੋਰ, ਇਹਨਾਂ ਦਾ ਜਿਹੜਾ ਮਾਇੰਡ ਆ ਇੱਧਰ ਨੂੰ ਤਾਂ ਜਾ ਨਹੀਂ ਰਿਹਾ। ਹੁਣ ਇਹਨਾਂ ਨੇ ਦੇਖਿਆ ਵੀ ਹੁਣ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣੀ ਆ, ਖਾਸ ਕਰਕੇ ਜਿਹੜੀ ਪੰਜਾਬ ਦੀ ਪੋਲੀਟੀਸ਼ੀਅਨ ਆ। ਮੈਂ ਦੱਸਾਂ, ਮੈਂ ਪਿਛਲੇ ਮੇਰਾ 32 ਸਾਲ ਦਾ ਇਹ ਤਜਰਬਾ ਵਾ, ਜਿੰਨੀ ਪੋਲੀਟੀਸ਼ੀਅਨ ਮਤਲਬ ਪੰਜਾਬ ਦੀ ਗੰਦੀ ਹੋ ਚੁੱਕੀ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਸਾਰਿਆਂ ਨਾਲੋਂ ਵੱਡਾ ਉਹ ਲੀਡਰ ਉਹ ਹਜੇ ਵੀ ਸਮਝੋ, ਆ ਜਿਹੜੇ ਤੁਸੀਂ ਅਫਸਰ ਲਾਉਂਦੇ ਨਾ ਠੋਕ ਠੋਕ ਕੇ, ਉਹੀ ਹੁਣ ਤੁਹਾਨੂੰ ਚੱਕ ਚੱਕ ਕੇ ਅੰਦਰ ਦੇ ਰਹੇ ਆ ਨਾ, ਹੁਣ ਤੁਹਾਨੂੰ ਯਾਦ ਆ ਰਹੀ ਆ, ਆਪਣੀ ਨਾਨੀ ਯਾਦ ਆ ਰਹੀ ਆ, ਮੈਂ ਤੁਹਾਨੂੰ ਅੱਜ ਦਾ ਨਹੀਂ ਪਿੱਟ ਰਿਹਾ,
मैं थोनों पिछले 15 साल तो पिट रहा भी जे तुम एक सी एम चजदा साडा हो किसी की हिम्मत नहीं है कि वह गां अपने स्टेट के गलत काम कर गलत काम भी तुम कराने मुड़ के हम तुम भजे फिरते हो। मेरी थोनों बेनती है हजे भी कुछ नहीं बिगड़िया है हजे भी तुम संभल जाओ हजे भी अपने अफसरशाही से अपनी जी कंट्रोल कर लो जे तुम अगे पंजाब स्टेट को बचा नहीं तो यह ध्यान रखियो जेडे अफसर के पिछे हूँ तुम एक जो गलत काम कर रहे हो कल चक के थोड़ा इन्होंने बेहतर देना अपने थोड़ा विषय तो हट गए पर जी बेअदबी हुई है। हाँ जी हाँ वो की कारण हो सकते हैं क्यों क्यों हुई ज हो सकता वो बंदे की कोई शरारती खेड हो मन की भी माहौल खराब करके देखिए उन्होंने जोड़ा ये पता से भी मैंने कुटके मार देंगे ज कोई पता नहीं की होएगा तो मन च पर लगता कि यह जे बंद क्यों करते हैं माड़ा वर्तारा जबकि एक उतों गुरद्वारा साहब तो एक पैगाम आता पूरी मनुखता के नाते मनुखता की सेवा वाला उत्थे माड़िया कार्रवाइया तो क्यों नहीं झिझकते लोग मैं दस रहा जी जे ये शरारती अंसर ने वो आप नहीं है उन्होंने पिछले बड़िया 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 एजेंसियां काम कर दी ने तुम यह ना सोचो भी वह बंदा जो आया भी वो है सवाल नहीं पैदा अच्छे थोड़े मैं चैनल थ्रू कह दिना जे एजेंसियां चाहन तो उन्होंने एक घंटे के उन्होंने सारे रिश्तेदार बरामद कर सकते हैं एक मिनट के सारी जी इनकुआरी करके पब्लिक साहब रख सकते हैं पर रखे क्यों क्योंकि वो सरकार खुद इनवॉल्व ने इस कराने वाली भी क्यों 2022 की इलेक्शन तो पहला पहला इन्होंने इदा के पता नहीं किन्ने किन्ने हाथ खंडे पर जो माहौल पंजाब का खराब करने की कोशिश कोई करता है हाँ चोणों पर की असर पैगा चोणा तो हो जाएगी ने मीना ठहर के हो जाएगी इतना एजेंसियां क्या करवाणी मैं वो दस दिया गल जी देखो एजेंसियां किनिया ने मेन एजेंसी चल रही है ना नहीं लेना क्योंकि थोड़ा देश से इंटीगल हो जाएगी किसी एजेंसी का नाम नहीं देखो एजेंसी का मैं तुम्हें दस रहा लीडर की गल दस रहा 2022 दी इलेक्शन बाद हर बंदा चाहता भी मेरी पार्टी आवे स्टेट के ठीक है ना मेरी गल होर उन्होंने कोई मुद्दा नहीं होंगे है इन्हों मुद्दों तो भड़काने वास्ते ठीक नहीं मेरी गल ये काम करते हैं हाँ होर कोई काम नहीं है सिर्फ 2022 इलेक्शन कितना जितनी है कितना लोगों को बेवकूफ बना के जितनी है ये मेन आ होर कुछ नहीं सो ये सन समाज सेवी आलमजीत सिंह मान जिन्होंने जानकारी दी कि जिहड़ा हरिमंदर साहब जिन्हें भी बेअदबी की है उन्होंने भावें मौत के घाट उतार दिता गया जिहड़ा भी कोई व्यक्ति उसकी पहचान दसेगा उसके बारे जानकारी देगा उन्होंने 1,00,000 रुपया देंगे पर इन्हों का यह भी कहना है कि पंजाब का माहौल खराब करने लिए यह बेअदबी करने कोशिशां की जा रही ने जिस तो सानू समूह पंजाबियों सचेत होने की लोड़ है। कैमरामैन नरेंद्र दे नाल दर्शन सिंह कुकर चंडीगढ़। अलीशा बेगम एक औरत का दुख एक औरत ही समझ सकती है रूहानी और काली शक्तियां दी मालकन दुनिया का सब तो चमत्कारी इल्म मेरे को है मेरे किते नू कोई कट नहीं सकता काला इल्म करना आते तोड़ना हर एक दे बस दी गल नहीं परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है वशीकरण करवाओ मन चाह प्यार पाओ की तुहाडी किस्मत च लॉटरी दा योग है जां नहीं सच्चाई जानो लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे अष्टाम पेपर ते लिख के लवो कम दी गारंटी कहने तो बाहर है तुरंत संपर्क करो तो हड्डी हर गल गुप्त रखी जाएगी। अलीशा बेगम वर्ल्ड फेमस बाबा सलीम खान 21 बार गोल्ड मेडलिस्ट सारिया थावां तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठ करनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी च अनबन जां दुटोना मनमोहणी वशीकरण करवाओ जां तुड़वाओ रुसे नूं मनाओ हुणे कॉल करो बाबा सलीम खान 98199 37467।